ਦੇ ਦੇ ਲੋਕ ਲੱਖਾਂ ਲੋਕ ਦੇ ਸਾਹਮਣੇ ਪੰਜਾਬੀ ਔਰਤ ਦੀ ਬੇਇੱਜ਼ਤੀ ਕਰਨ ਵਾਲੇ ਗਾਣੇ ਚੌਥਾ ਪੈਗ ਲੱਗੇ ਦੇ ਬਾਫੜਨੀ ਗਾਣਾ ਗਾਓਗੇ ਜਾਂ ਜੱਟ ਉਸਪਿੰਡ ਬਿਲੋਂਗ ਕਰਦੇ ਜਿੱਥੇ ਮਾਰ ਕੇ ਕਸੂਰ ਪੁੱਛਦੇ ਗਾਣਾ ਗਾਓਗੇ ਫਿਰ ਉਹਨਾਂ ਦੇ ਖਿਲਾਫ ਮੈਂ ਲੜਦਾ ਉਹ ਕਹਿੰਦੇ ਨੇ ਮਰਦ ਤੇ ਪਰਚੇ ਹੁੰਦੇ ਨੇ ਬਾਕੀ ਤਾਂ ਆ ਤਾਂ ਐਸੀ ਕੁੰਮ ਦੇ ਤੇ ਫੈਨ ਫੋਲੋਇੰਗ ਜੁੜੀ ਹੋਈ ਹੈ ਵੀਡੀਓ ਦੇ ਵਿੱਚ ਸਾਨੂੰ ਵੀ ਲੱਗਦਾ ਕਿ ਨੀਚੇ ਕਮੈਂਟ ਕਰਨਗੇ ਪਰ ਅਸਤੇ ਨਾ ਕਿਤੇ ਉਹਨਾਂ ਦਾ ਬੁਰਾਈ ਦਾ ਕੰਮ ਵੀ ਦੇਖਣ ਜਿਉ ਗੀਤ ਗਾਉਂਦੇ ਨੇ ਕੋਈ ਆਪਣੀ ਪੀੜ੍ਹੀ ਨੂੰ ਜੋੜਦੇ ਨੇ ਕੀ ਲੱਗਦਾ ਉਹਨਾਂ ਨੂੰ ਜਿਹੜੇ ਇਦਾਂ ਦੇ ਕਮੈਂਟ ਕਰ ਰਹੇ ਨੇ ਉਹਨਾਂ ਨੂੰ ਕੀ ਸੁਝਾ ਦੇਣਾ ਚਾਹੀਦਾ ਮੈਂ ਆਜੀ ਨੋਟਿਸ ਭੇਜ ਜਾ ਉਹਨਾਂ ਨੂੰ ਕਿ YouTube ਤੇ ਜਿੰਨੇ ਵੀ ਗਲਤ ਗਾਣੇ ਨੇ ਸਿੱਧੂ ਮੂਸੇਵਾਲਾ ਦੇ ਸਾਰੇ ਗਾਣੇ ਕੱਢਿਆ ਜਾਵੇ ਔਰ YouTube ਤੇ ਅਸੀਂ ਦੇਖਿਆ ਕਈ ਲੋਕਾਂ ਦਾ ਇਹ ਹੈ ਕਿ ਪੰਡਿਤ ਜੀ ਫੇਮਸ ਹੋਣ ਕਰਕੇ ਇਹ ਜੜੀਆਂ ਸਿੰਗਰਾਂ ਦੇ ਖਿਲਾਫ ਬੋਲ ਰਹੇ ਨੇ ਕਿੰਨਾ ਕੁ ਸੱਚਾਈ ਹੈ ਦੇ ਵਿੱਚ ਪੰਜਾਬੀ ਲੋਕਾਂ ਦਾ ਸਨਮਾਨ ਕਰਨਾ ਪੰਜਾਬੀ ਲੋਕਾਂ ਦੀ ਬੇਇੱਜ਼ਤੀ ਹੁੰਦੇ ਵੇ ਮੈਂ ਨਹੀਂ ਦੇਖ ਸਕਦਾ ਹੈ ਨਾਮੀ ਗਾਇਕ ਸਿੱਧੂ ਮੂਸੇਵਾਲੇ ਦੇ ਖਿਲਾਫ ਮੁਹਾਲੀ ਕ੍ਰਾਈਮ ਬ੍ਰਾਂਚ ਵੱਲੋਂ ਇੱਕ ਮਾਮਲਾ ਹੋਰ ਦਰਜ ਹੋ ਗਿਆ ਹੈ ਪਿਛਲੇ ਦਿਨੀ ਬਰਨਾਲਾ ਦੇ ਵਿੱਚ ਲੋਕਡਾਊਨ ਦੇ ਦੌਰਾਨ ਪੁਲਿਸ ਵਾਲਿਆਂ ਨਾਲ ਖੜ ਕੇ ਏਕੇ 47 ਚਲਾਉਣ ਦਾ ਵੀ ਇੱਕ ਮਾਮਲਾ ਦਰਜ ਹੋਇਆ ਸੀ ਭਾਵੇਂ ਕਿ ਉਸ ਵਿੱਚ ਬੇਲ ਮਿਲ ਗਈ ਹੈ ਪਰ ਹੁਣ ਨਵਾਂ ਗਾਣਾ ਜਿਹੜਾ ਸੰਜੂ ਗੀਤ YouTube ਤੇ ਰਿਲੀਜ਼ ਕੀਤਾ ਗਿਆ ਸਿੱਧੂ ਮਸੇਵਾਲੇ ਵੱਲੋਂ ਉਹਦੇ ਵਿੱਚ ਕੁਝ ਐਦਾਂ ਦੀਆਂ ਹਥਿਆਰਾਂ ਨਾਲ ਵੀਡੀਓ ਪਾਣਾ ਤੇ ਕੁਝ ਵਕੀਲਾਂ ਦੇ ਖਿਲਾਫ ਤਰਾਜੋਕ ਸ਼ਬਦ ਬੋਲਣਾ ਉਹਦੇ ਤਹਿਤ ਕ੍ਰਾਈਮ ਬ੍ਰਾਂਚ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਲੱਗ ਰਿਹਾ ਕਿ ਸਿੱਧੂ ਮਸੇਵਾਲੇ ਨੂੰ ਅਰੈਸਟ ਵੀ ਕੀਤਾ ਜਾਏਗਾ ਸਾਡੇ ਨਾਲ ਉਹ ਸਖਸਜ ਮੌਜੂਦ ਨੇ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਹਥਿਆਰਾਂ ਲੱਚਰ ਗਾਇਕੀ ਇਹ ਇਦਾਂ ਤੇ ਜਿਹੜੇ ਆਪਣੇ ਪੰਜਾਬ ਦੇ ਪੰਜਾਬੀ ਤਨੂੰ ਖਰਾਬ ਕਰ ਰਹੇ ਨੇ ਗਾਇਕ ਉਹਨਾਂ ਦੇ ਖਿਲਾਫ ਇੱਕ بلند ਆਵਾਜ਼ ਉਠਾ ਕੇ ਸੜਕਾਂ ਤੇ ਘੁੰਮ ਕੇ ਹਰ ਬਾਜ਼ਾਰ ਹਰ ਸਟੇਟ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਉਹ ਇਨਸਾਨ ਜਿਹੜੇ ਕਿ Hindu ਧਰਮ ਨੂੰ ਪਿਆਰ ਕਰਦੇ ਨੇ ਤੇ Hindu ਧਰਮ ਦੇ ਨਾਲ-ਨਾਲ ਸਾਡੇ ਸਿੱਖ ਧਰਮ ਨੂੰ ਵੀ ਪਿਆਰ ਕਰਦੇ ਨੇ ਤੇ ਸਿੱਖ ਧਰਮ ਦੇ ਵਿੱਚ ਜਿਹੜੀ ਗੁਰਬਾਣੀ ਆਪਣੀ ਗੁਰੂ ਸਾਹਿਬ ਦੀ ਹੈ ਉਹਦੇ ਵਿੱਚ ਜਪਜੀ ਸਾਹਿਬ ਦੇ ਕਰਨਾਟਕ ਭਾਸ਼ਾ ਵਿੱਚ ਲਿਖ ਕੇ ਉਹਨਾਂ ਨੇ ਕਰਨਾਟਕ ਦੇ ਵਿੱਚ ਵੀ ਲੋਕਾਂ ਨੂੰ ਉਸ ਗਰਵਾਣੀ ਪ੍ਰਤੀ ਜਾਗਰੂਕ ਕੀਤਾ ਹੈ ਸਾਡੇ ਨਾਲ ਪੰਡਿਤ ਧਰਮਰਾਉ ਜੀ ਨਾਲ ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਪੰਡਿਤ ਜੀ ਕਾਫੀ ਲੰਬੇ ਸਮੇਂ ਤੋਂ ਤੁਸੀਂ ਉਹਨਾਂ ਗਾਇਕਾਂ ਦੇ ਖਿਲਾਫ ਲੜਾਈ ਲੜ ਰਹੇ ਹੋ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਨੇ ਤੇ ਜਿਹੜੇ ਲੱਚਰ ਗਾਇਕੀ ਨੂੰ ਪ੍ਰਮੋਟ ਕਰਦੇ ਨੇ ਕੀ ਲੱਗਦਾ ਕਿ ਅੱਜ ਤੁਹਾਡੀ ਜਿਹੜੀ ਲੰਬੇ ਸਮੇਂ ਤੋਂ ਮਿਹਨਤ ਹੈ ਉਹਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਬਿਲਕੁਲ 100% ਦੇਖੋ ਇੱਕੋ ਇੱਕ ਪਰਮਾਤਮਾ ਦੇ ਨਾਦ ਵਿੱਚ ਸੱਚਾਈ ਦੇ ਧੁੰਨ ਵਿੱਚ ਜੇਕਰ ਤੁਸੀਂ ਕੰਮ ਕਰੋਗੇ ਸਫਲਤਾ ਤੁਹਾਡੀ ਹੋਏਗੀ ਤੇ ਕੋ ਮੈਂ ਬਾਬਾ ਨਾਨਕ ਦੇ ਰਾਹ ਤੇ ਚੱਲਣ ਵਾਲਾ ਹਾਂ ਅਬ ਗੁਰੂ ਗੋਬਿੰਦ ਸਿੰਘ ਜੀ ਦੇ ਰਾਹ ਤੇ ਚੱਲਣ ਵਾਲਾ ਸੱਚਾਈ ਦੇ ਰਾਹ ਹੈ ਉਹ ਇਨਸਾਨੀਅਤ ਦੀ ਹੈ ਪਾਵੇਂ ਮੈਂ ਕਰਨਾਟਕ ਤੋਂ ਪਰ ਫਿਲਹਾਲ ਮੈਂ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵਸਦਾ ਹਾਂ ਜੋ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਸੀ ਰੋਜ਼ ਮੈਂ ਪੰਜਾਬ ਦੀ ਰੋਟੀ ਖਾਦਾ ਐ ਰੋਜ਼ ਪੰਜਾਬ ਦੀ ਪਾਣੀ ਪੀਂਦਾ ਐ ਇਸ ਲਈ ਪੰਜਾਬੀ ਪਾਛਾ ਦਾ ਸਤਿਕਾਰ ਕਰਨਾ ਪੰਜਾਬੀ ਸੱਭਿਆਚਾਰ ਦਾ ਸਤਿਕਾਰ ਕਰਨਾ ਪੰਜਾਬੀ ਲੋਕਾਂ ਦੀ ਸਭਾ ਦਾ ਸਤਿਕਾਰ ਕਰਨਾ ਮੇਰਾ ਤਰਮ ਹੈ ਇਹ ਮੈਨੂੰ ਲੱਗਦਾ ਹੈ ਇਹ ਕਾਰਜ ਮੇਰਾ ਤਰਮ ਹੈ ਇਹ ਕੰਮ ਕਰਦਾ ਪਿਆ ਮੇਰੀ ਜਿਹੜੀ ਮਿਹਨਤ ਹੈ 2016 ਤੋਂ ਹੁਣ ਤੱਕ ਦੀ ਉਸ ਦੀ ਸਫਲਤਾ ਤੁਹਾਡੇ ਸਾਹਮਣੇ ਹੈ ਇਹੋ ਜਿਹਾ ਗਾਇਕ ਦੇ ਖਿਲਾਫ ਐਫਆਰ ਦਰਜ ਹੋ ਰਹੇ ਨੇ ਪੁਲਿਸ ਸਖਤ ਹੋਏ ਨੇ ਨਾਇਪਾਲਿਕਾ ਵੀ ਸਖਤ ਹੋਏ ਗਿਓਂ ਕਾਫੀ ਅਸੀਂ ਵੀਡੀਓ ਦੇਖੀਆਂ ਤੁਹਾਡੀਆਂ ਜਿਹਦੇ ਵਿੱਚ ਤੁਹਾਡਾ ਉਹਨਾਂ ਦੇ ਜਿਹੜੀ ਫੈਨ ਫੋਲੋਇੰਗ ਹੈ ਸਿੰਗਰਾਂ ਦੀ ਕਾਫੀ ਵਿਰੋਧ ਵੀ ਹੋਇਆ ਕਿਹੜੀ-ਕਿਹੜੀਆਂ ਮੁਸ਼ਕਲਾਂ ਅਜ ਤੱਕ ਤੁਹਾਨੂੰ ਆਈਆਂ ਦੇਖੋ ਮੈਂ ਫਿਰ ਵਹੀ ਗੱਲ ਕਹਾਂ ਨਾ ਕਿ ਬਾਬਾ ਨਾਨਕ ਦੀ ਸੱਚ ਤੇ ਰਾਹ ਤੇ ਚਲੋਗੇ ਮੁਸ਼ਕਿਲ ਨਹੀਂ ਹਮਾਰਾ ਕੋਈ ਮੁਸ਼ਕਿਲ ਨਹੀਂ ਕਿਸੇ ਦੇ ਗਾਲੀ ਕਿਸੇ ਦੀ ਨਿੰਦਾ ਕਿਸੇ ਦੀ ਵਾਵਾ ਮੈਨੂੰ ਕੋਈ ਫਰਕ ਨਹੀਂ ਪੈਂਦੀ ਹੈ ਕਿਉਂਕਿ ਉਹ ਬਾਬਾ ਨਾਨਕ ਦੀ ਖੇੜੀ ਹੀ ਹੈ ਕਿ ਨਾ ਤੁਸੀਂ ਉਤਸਵ ਦੇ ਵਿੱਚ ਵਾਹਾ ਦੇ ਵਿੱਚ ਤੁਸੀਂ ਖੁਸ਼ ਹੋ ਜਾਓਗੇ ਜਾਂ ਨਿੰਦਾ ਜੇ ਕਰਨਗੇ ਤਾਂ ਥੱਲੇ ਹੋ ਜਾਗੇ ਨਹੀਂ ਸਦਾ ਲਈ ਇੱਕੋ ਤਰ੍ਹਾਂ ਰਹਿਣਾ ਹੀ ਬਾਬਾ ਨਾਨਕ ਦੀ ਕਹਾਣੀ ਹੈ ਤੁਸੀਂ ਪੜੋ ਗੁਰਬਾਣੀ ਵਿੱਚ देखो असि सारे इंसान है मर जाना एक दिन मिट जाना बाबा नानक भी आशा दीवार आखते हैं कूड़ राजा कूड़ प्रजा कूड़ सब संसार इस दुनिया सब कुछ असत्य है मर जाना मिट जाना सब कुछ विनाश हो जाना सत्य है तो परमात्मा है उस परमात्मा तक ले जाती है ये भाषा प, प पंजाबी भाषा इस भाषा के जेकर तो लच्चर शराबी हथियारी गाना गाओगे तो सामने बहुत सारे संकट आ जाने मेरे मेरे कोई संकट नहीं है मैं तो खुश हाँ ਮੈਂ ਤਾਂ ਕੰਮ ਕਰਦਾ ਐ ਸਰ ਤੇ ਬੋੜਾ ਕੇ ਘੁੰਮਦਾ ਐ ਮੈਨੂੰ ਮਾਣ ਮਹਿਸੂਸ ਹੁੰਦਾ ਐ ਮੈਨੂੰ ਪੰਜਾਬੀ ਪਾਸ਼ਾ ਦੀ ਸੱਭਿਆਚਾਰ ਦੀ ਗੱਲ ਕਰਦਾ ਐ ਮੈਂ ਉਹ ਪੰਜਾਬੀ ਸੱਭਿਆਚਾਰ ਜੋ ਸੂਫੀਵਾਦ ਗੁਰਵਾਣੀ ਸਭ ਕੁਝ ਇਹਦੇ ਵਿੱਚ ਉਹ ਮੇਰੇ ਸਰ ਤੇ ਰੱਖਣਾ 35 ਅੱਖਰ ਮੈਨੂੰ ਮੇਰੇ ਲਈ ਮੇਰਾ ਕਰਨਾਟਕ ਦੇ 8 ਕਰੋੜ ਲੋਕਾਂ ਲਈ ਮਾਣ ਵਾਲੀ ਗੱਲ ਐ ਇਹ ਜਿਹੜੇ ਅਸਭਿਅਤ ਗਾਣੇ ਗਾਉਂਦੇ ਨੇ ਜਿੰਨੇ ਸਿੰਗਰ ਨੇ ਕੀ ਲੱਗਦਾ ਐ ਕਿ ਜਿਹੜੀ ਆਣ ਵਾਲੀ ਸਾਡੀ ਪੀੜ੍ਹੀ ਐ ਉਹਨਾਂ ਨੂੰ ਕਿੰਨਾ ਕੁ ਅਸਰੀਨਾ ਦੇ ਜਿਹੜੇ ਗੀਤਾਂ ਦਾ ਪਏਗਾ ਜਿਹੜੇ ਅੱਜ ਵੀ ਕਮੈਂਟਾਂ ਦੇ ਵਿੱਚ ਇੰਨਾ ਸਿੰਗਰਾਂ ਦੀ ਹਮਾਇਤ ਕਰਦੇ ਨੇ ਕੀ ਲੱਗਦਾ ਹੈ ਕਿ ਉਹਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਕਿੰਨਾ ਖਤਰਾ ਹੈ ਬਹੁਤ ਜ਼ਿਆਦਾ ਇਹ ਜਿਹੜੀ ਗੱਲ ਤੁਸੀਂ ਕਿਹਾ ਖੁਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਜੱਜ ਸਾਹਿਬ ਨੇ ਮੰਨਿਆ ਹੈ ਗੱਲ ਕੋਰ ਸਾਹਿਬ ਕੋਰਟ ਦੇ ਵਿੱਚ ਜਿਹੜੇ ਮੈਂ ਪੀਆਲ ਪਾਇਆ ਸੀ 2016 ਦੇ ਵਿੱਚ ਜਨਹਿਤ ਕੈਚਕਾ ਉਸ ਦੀ ਫੈਸਲਾ ਸੁਣਾੰਦਵੇ 22 ਸਤ 2019 ਨੂੰ ਜਸਟਿਸ ਰਾਜੂ ਸ਼ਰਮਾ ਨੇ ਆਪਣੇ ਹੁਕਮ ਦੇ ਵਿੱਚ ਸਾਫ ਅੱਖਰ ਵਿੱਚ ਲਿਖਿਆ ਜੋ ਤੁਸੀਂ ਹੁਣ ਕਿਹਾ ਕੀ ਜਿਹੜੇ ਲੱਚਰ ਸ਼ਰਾਬੀ ਹਾਜ਼ਰੀ ਕਰਨੇ ਸਾਡੇ ਬੱਚੇ ਤੇ ਬੁਰਾ ਅਸਰ ਹੋ ਰਿਹਾ ਜੀ ਗਨ ਕਲਚ ਕਲਚਰ ਨੂੰ ਪ੍ਰੋਮੋਟ ਹੁੰਦਾ ਹੈ ਜ ਇਸ ਲਈ ਬੰਦ ਹੋਵੇ इसलिए गुरु जज साहब ने ये लिखित रूप में आर्डर किए हैं कि लचर शराबी हथियार कितने भी नहीं चलन जे चलन उ डी एस पी एस एस एस्चेस, एस एस पी डीसी जिम्मेदार हो गए साढ़े बच्चे तो बस बहुत बुरा असर हो रहा है इसलिए वो गलत माइंड जी जिन्हें गलत हो कॉमेंट तो दिसदा है चंगे परिवार की बच्चे यह गलत शब्दावली की वरतू नहीं कर सकते पर कित गलत असर होया है ਕਿ ਤੁਹਾਡੇ ਜਿਹੜੇ ਅੱਜ ਬੋਰਡ ਦੇ ਲਿਖਿਆ ਹੋਇਆ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਸੰਜੂ ਦੀ ਵੀਡੀਓ ਰੀਲਜ ਹੋਣ ਤੇ ਰੋਕ ਲਗਾਓ ਜੀ ਮਤਲਬ ਕਿ ਇਹਦੇ ਖਿਲਾਫ ਜਿਹੜਾ ਸੰਜੂ ਗਾਣਾ ਨਵਾਂ ਸਿੱਧੂ ਮੂਸੇਵਾਲੇ ਦਾ ਆਇਆ ਉਹਦੇ ਖਿਲਾਫ ਕੋਈ ਤੁਸੀਂ ਪਟੀਸ਼ਨ ਦਾਇਰ ਕੀਤੀ ਹੈ ਮੁਹਾਲੀ ਦੇ ਵਿੱਚ ਪਟੀਸ਼ਨ ਨਹੀਂ ਹੈ ਮੈਂ ਇਹਨੇ ਸ਼ਿਕਾਇਤ ਦਰਜ ਕੀਤੀ ਹੈ ਸਾਈਬਰ ਕ੍ਰਾਈਮ ਐ एसएसपी ਮਾਨਸਾ ਡੀਜੀਪੀ ਪੰਜਾਬ ਇਸ ਤੋਂ ਅਲਾਵਾ ਸਾਈਬਰ ਕ੍ਰਾਈਮ ਹਰ ਥਾਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਇਹ ਇਸ ਦੀ ਕਾਪੀ ਇਸ ਦੇ ਵਿੱਚ ਮੈਂ ਇਹ ਲਿਖਿਆ ਕਿ ਜਿਹੜੀ ਸੰਜੂ ਆਉਣ ਵਾਲੀ ਹੈ ਵੀਡੀਓ ਦੇ ਵਿੱਚ ਬਹੁਤ ਸਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਹੋਇਆ ਹੈ ਜਿਵੇਂ ਗੱਭਰੂ ਦੇ ਨਾਮ ਨਾਲ ਸੰਤਾਲੀ ਜੁੜਗੀ ਗੱਭਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ਦਮਕੀ ਦੇ ਵੀ ਗੱਲ ਕਹਿਨੇ ਕਿ ਵੈਰੇ ਦੀ ਖੈਰ ਨਹੀਂ ਵੈਰੇ ਦੀ ਵੈਰੇ ਦੀ ਖੈਰ ਨਹੀਂ ਵਕੀਲ ਬਾਰੇ ਵੀ ਗਲਤ ਕਹਿਨੇ ਇਸ ਤੋਂ ਉਹ ਉਹ ਕਹਿੰਦੇ ਨੇ ਮਰਦ ਤੇ ਪਰਚੇ ਹੁੰਦੇ ਨੇ ਬਾਕੀ ਤਾਂ ਐਸੀ ਕੁੰਦੇ ਕਹਿੰਦਾ ਪਾਉ ਇਹ ਸਭ ਗਲਤ ਸ਼ਬਦਾਵਲੀ ਹੈ ਇਸ ਲਈ ਇਹ ਇਹ ਕੰਪਲੇਂਟ ਦਰਜ ਹੋਣ ਤੋਂ ਬਾਅਦ ਸ਼ੁਕਲਾ ਸਾਹਿਬ ਅਰਪੀ ਸ਼ੁਕਲਾ ਸਾਹਿਬ ਉੱਥੇ ਕ੍ਰਾਈਮ ਬ੍ਰਾਂਚ ਦੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਵੇ ਐਫ ਆਰ ਦਰਜ ਹੋਇਆ ਹੁਣ ਉਹ ਅੱਗੇ ਜਾ ਕੇ ਕੋਰਟ ਦੇ ਵਿੱਚ ਇਹਨਾਂ ਦੇ ਜਿੰਨੇ ਵੀ ਬੇਲ ਨੇ ਸਾਰੇ ਕੈਨਸਲ ਹੋ ਜਾਣਾ ਫਿਰ ਤੋਂ ਤੁਹਾਨੂੰ ਪਤਾ ਹੀ ਕੀ ਹੋਏ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਫੈਨ ਫੋਲੋਇੰਗ ਜੁੜੀ ਹੋਈ ਹੈ ਵੀਡੀਓ ਦੇ ਵਿੱਚ ਸਾਨੂੰ ਵੀ ਲੱਗਦਾ ਹੈ ਕਿ نیچے ਕਮੈਂਟ ਕਰਨਗੇ ਪਰ ਅਸੀਂ ਤੇ ਤੁਸੀਂ ਉਹਨਾਂ ਨੂੰ ਕਿਆ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਹੱਕ 'ਚ ਬੋਲਦੇ ਨੇ ਕਿ ਉਹਨਾਂ ਦਾ ਇਹ ਹੋਣਾ ਚਾਹੀਦਾ ਕਿ ਜਿਹੜੇ ਉਹਨਾਂ ਦੇ ਹੱਕ 'ਚ ਬੋਲਦੇ ਨੇ ਕਿਓ ਕਿਤਨਾ ਕਿਤੇ ਉਹਨਾਂ ਦਾ ਬੁਰਾਈ ਦਾ ਕੰਮ ਵੀ ਦੇਖਣ ਜਿਉ ਗੀਤ ਗਾਉਂਦੇ ਨੇ ਕੋਈ ਆਪਣੀ ਪੀੜੀ ਨੂੰ ਜੋੜਦੇ ਨੇ ਕੀ ਲੱਗਦਾ ਉਹਨਾਂ ਨੂੰ ਜਿਹੜੇ ਇਦਾਂ ਦੇ ਕਮੈਂਟ ਕਰਦੇ ਉਹਨਾਂ ਨੂੰ ਕੀ ਸੁਝਾ ਦੇਣਾ ਚਾਹੁੰਦੇ ਜੀ ਜੀ ਮੈਂ ਮੈਨੂੰ ਪੂਰਾ ਹਾਸਤੂ ਮੇਰਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੇਰਾ ਅਗਲੀ ਸੁਣਵਾਈ ਹੈ ਕੰਟੈਂਪਟਿਵ ਕੋਰ ਦੇ ਵਿੱਚ ਜਿਸ ਦੇ ਵਿੱਚ ਸਗਰਹ ਸਕੱਤਰ ਪੰਜਾਬ ਸਿੱਧੀ ਤੌਰ ਤੇ ਪਾਰਟੀ ਨੇ ਮੈਂ ਆਜੀ ਨੋਟਿਸ ਪੇਜ ਜਾਇਆ ਉਹਨਾਂ ਨੂੰ ਕਿ YouTube ਤੇ ਜਿੰਨੇ ਵੀ ਗਲਤ ਗਾਣੇ ਨੇ ਸਿੱਧੂ ਮੂਸੇਵਾਲਾ ਦੇ ਸਾਰੇ ਗਾਣੇ ਕੱਢਿਆ ਜਾਵੇ ਔਰ ਸਿੱਧੂ ਮੋਸਲ ਦੇ ਜਿੰਨੇ ਵੀ ਨਾਂ ਤੇ ਉਹਨਾਂ ਦਾ ਫੈਨ ਗਰੁੱਪ ਨੇ ਇੰਸਟਾਗ੍ਰam ਤੇ ਫੇਸਬੁੱਕ ਤੇ ਉਹ ਸਾਰੇ ਖਤਮ ਕੀਤਾ ਜਾਵੇ ਕਿਉਂਕਿ ਉਹ ਸਾਰੇ ਉਹ ਗਲਤ ਗਾਣਾ ਸ਼ੇਅਰ ਕਰਦੇ ਨੇ ਗਲਤ ਸ਼ਬਦਾਵਲੀ ਵਰਤੋਂ ਕਰਦੇ ਨੇ ਸਾਰੇ ਮਿਟਿਆ ਜਾਵੇ ਉਹ ਮਿਟ ਜਾਣਗੇ ਫਿਰ ਤਾਂ ਸਾਰੇ ਸਫਲ ਫੈਨ ਅਪੀਜ਼ ਚੁੱਪ ਜਾੜ ਕੱਲੇ ਸਿੱਧੂ ਮੂਸੇਵਾਲੇ ਦੇ ਖਿਲਾਫ ਵੀ ਤੁਸੀਂ ਇਹ ਮੂਹਮ ਚਲਾਈ ਹੋਈ ਜਾਂ ਕਿ ਹੋਰ ਸਿੰਗਰਾਂ ਦੇ ਖਿਲਾਫ ਵੀ ਤੁਹਾਡੀ ਆਵਾਜ਼ ਉੱਠਦੀ ਜਾਂਦੀ ਬਹੁਤ ਸਾਰੇ ਮਹਾਰਾਜ ਬਹੁਤ ਸਾਰੇ ਦੇਖੋ ਮੈਂ ਸਿੱਧੂ ਮੂਸੇਵਾਲੇ ਦੇ ਇਕੱਲੇ ਦੇ ਖਿਲਾਫ ਨਹੀਂ ਆ ਮੈਂ ਉਸ ਸੋਚ ਦੇ ਖਿਲਾਫ ਆ ਉਸ ਲਿਰਿਕਸ ਦੇ ਖਿਲਾਫ ਆ ਜਿਹੜੇ ਜਿਹੜੇ ਲਿਰਿਕਸ ਸਾਡੇ ਪੰਜਾਬੀ ਔਰਤ ਦੀ ਬੇਇੱਜ਼ਤੀ ਕਰਦੇ ਸਾਰੇ ਜੱਟ ਸਮਾਜ ਦੀ ਬੇਇੱਜ਼ਤੀ ਕਰਦੇ ਪੰਜਾਬੀਅਤ ਦੀ ਬੇਇੱਜ਼ਤੀ ਕਰਦੇ ਮੈਂ ਉਸ ਲਿਰਿਕਸ ਦੇ ਖਿਲਾਫ ਆ ਮੈਂ ਸਿੱਧੂ ਮੂਸੇਵਾਲਾ ਦੇ ਖਿਲਾਫ ਨਹੀਂ ਆ ਮੈਂ ਬੱਬੂ ਮਾਨ ਦੇ ਖਿਲਾਫ ਨਹੀਂ ਆ ਮੈਂ ਕਿਸੇ ਕਰਨ ਹੌਸਲੇ ਦੇ ਖਿਲਾਫ ਨਹੀਂ ਉਹਨਾਂ ਦੀ ਲਿਰਿਕਸ ਜਿਹੜੀ ਹੈ ਜੋ ਬੱਚੇ ਨੂੰ ਬੈਕਗ੍ਰਾਉਂਡ ਦੇ ਕੰਮ ਕਰਦੇ ਉਸ ਦੇ ਖਿਲਾਫ ਆ ਬਹੁਤ ਸਾਰੇ ਦੇ ਖਿਲਾਫ ਦਰਜ ਹੈ ਕੇਸ ਪਾਓ ਕੀ ਨਾ ਹੈ ਉਹਨਾਂ ਦਾ ਕਰਨ ਹੌਸਲੇ ਦੇ ਖਿਲਾਫ ਕੇਸ ਹੋਇਆ ਹੈ ਉਸ ਤੋਂ ਇਲਾਵਾ ਕੀ ਨਾ ਹੈ ਉਹਨਾਂ ਦਾ ਮਨਕੀਰ ਤੌਲਕ ਉਸ ਤੋਂ ਇਲਾਵਾ ਉਹ ਹੈ ਹੋਰੇ ਕਿ ਆਰਨੇਟ ਉਸ ਤੋਂ ਇਲਾਵਾ ਇੱਕ ਹੈਗਾ ਪੰਮੀ ਬਾਏ ਪਰਮਜੀਤ ਸਿੰਘ ਪੰਮੀ ਉਹ ਤਾਂ ਮਾਫੀ ਮੰਗ ਚੁੱਕੇ ਨੇ ਬਹੁਤ ਸਾਰੇ ਦੇ ਖਿਲਾਫ ਹੈ ਸਾਰੇ ਦੇ ਸਾਰੇ ਜਿਹੜੇ ਗਲਤ ਲਿਖਦੇ ਨੇ ਗੌਂਦ ਦੇ ਨੋ ਦੇ ਖਿਲਾਫ ਹੈ ਅੱਛਾ ਇੱਕ ਹੋਰ ਵੀ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ YouTube ਤੇ ਵੀਡੀਓ ਦੇਖੀ ਉਹਦੇ ਵਿੱਚ ਮੈਂ ਨਾਮ ਨਹੀਂ ਲੈ ਜਾਂਦਾ ਉਹ ਸਿੰਗਰ ਦਾ ਉਹਦੇ ਵਿੱਚ ਉਹਨਾਂ ਦੱਸਿਆ ਕਿ ਮੇਰੇ ਅਖਾੜੇ ਵਿੱਚ ਤੁਹਾਡਾ ਨਾਮ ਲੈ ਕੇ ਲਿਖਿਆ ਹੋਇਆ ਕਿ ਪੰਡਿਤ ਜੀ ਮੇਰੇ ਅਖਾੜੇ ਚ ਆ ਕੇ ਦੇਖੇ ਮੈਨੂੰ ਰੋਕ ਕੇ उस संबंधी पता तो मैं मैंने पता नहीं है जेकर वो योजा गल कहते हैं बहुत ही निम्रता नाल मैं उन्होंने बेनती कराँगा कि मान योग हरियाणा हाई कोर्ट की जी हुम है, है बई सत दो हज़ार उन्नी की मतलब कल एक साल होने वाली है उसू मैं पंजाबी अनुवाद किया है वो किताब उन्होंने दे देना पढ़ो ਉਦੇ ਵਿੱਚ ਸਾਫ ਅਖਰੋ ਚ ਕੋਰਟਸ ਨੇ ਕਿਹਾ ਹੈ ਕਿ ਨਕਚਰ ਸ਼ਰਾਬੀ ਹਤਿਆਰਿਆਂ ਨੇ ਮੰਚ ਤੇ ਜੇ ਗਾਓਗੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਜਿਹੜੇ ਲੋਕ ਫਿਰ ਇਹਨਾਂ ਦੇ ਖਾੜਿਆਂ ਵਿੱਚ ਚਾਹੇ ਬੱਬੂ ਮਾਨ ਦੀ ਗੱਲ ਕਰ ਲਈਏ ਸਿੱਧੂ ਮੁੱਸੇ ਵਾਲੇ ਜਾਂ ਕੋਈ ਐਦਾਂ ਦੇ ਸਿੰਗ ਜਿਹੜੇ ਫੇਮਸ ਨੇ ਉਹਨਾਂ ਦੇ ਜਿਹੜੇ ਵੱਡੇ ਇਕੱਠ ਹੁੰਦੇ ਨੇ 4-4 ਲੱਖ ਦੇ ਇਕੱਠ ਹੁੰਦੇ ਨੇ ਕਿਉਂ ਲੋਕ ਫਿਰ ਉਹਨਾਂ ਨਾਲ ਜੁੜਦੇ ਜਾ ਰਹੇ ਆ ਉਹਨਾਂ ਦੇ ਟੁੱਟਦੇ ਕਿਉਂ ਨਹੀਂ ਇਹ ਗਲਤੀ ਉਹ ਦੌਰ ਸੀ ਹੁਣ ਨਹੀਂ ਹੋਏਗਾ ਮਹਾਰਾਜ कोरोना वायरस आएगी लोग इकट्ठ होने बैन हो चुके हैं आने वाले तीन चार साल तक उस हल रहना है मैनू लगता है कोरोना खत्म होने बाद भीट्ठा तो पाबंदी भी होएगी जेकर इकट्ठापन पन भी होएगी मान लो एक साल तो बाद खड़ा लगेगी लगने दो मैं तो चाहूँगा खड़ा लगे पंजाबी गाना गाओ किसान बारे गाना गाओ मैं भी आवागा उ ਇਕਜੁੱਟ ਹੋਣਾ ਲੋਕਾਂ ਦੀ ਮਨੋਰੰਜਨ ਕਰਨਾ ਜ਼ਰੂਰੀ ਹੈ ਪਰ ਸੁਚਿਤ ਲੱਖਾਂ ਲੋਕ ਦੇ ਸਾਹਮਣੇ ਪੰਜਾਬੀ ਔਰਤ ਦੀ ਬੇਇੱਜ਼ਤੀ ਕਰਨ ਵਾਲੇ ਗਾਣੇ ਚੌਥਾ ਪੈਕ ਲਗੀ ਦੇ ਬਾਫੜਨੀ ਗਾਣਾ ਗਾਓਗੇ ਜਾਂ ਜੱਟੂ ਸਪਿੰਡ ਬਿਲੋਂਗ ਕਰਦੇ ਜਿੱਥੇ ਮਾਰ ਕੇ ਕਸੂਰ ਪੁੱਛਦੇ ਗਾਣਾ ਗਾਓਗੇ ਫਿਰ ਉਹਨਾਂ ਦੇ ਖਿਲਾਫ ਮੈਂ ਲੜ ਲੈਣਾ ਕਈ ਲੋਕਾਂ ਦਾ ਵਿੱਚ ਹੀ YouTube ਤੇ ਅਸੀਂ ਦੇਖਿਆ ਕਈ ਲੋਕਾਂ ਦਾ ਇਹ ਹੈ ਕਿ ਪੰਡਤ ਜੀ ਫੇਮਸ ਹੋਣ ਕਰਕੇ ਇਹ ਜਿਹੜੀਆਂ ਸਿੰਗਰਾਂ ਦੇ ਖਿਲਾਫ ਬੋਲ ਰਹੇ ਨੇ ਕਿੰਨਾ ਕੁ ਸੱਚਾਈ ਹੈ ਇਹਦੇ ਵਿੱਚ ਦੇਖੋ ਉਹਨਾਂ ਦਾ ਇਹ ਨਜ਼ਰੀਆ ਹੈ ਮੇਰਾ ਨਜ਼ਰੀਆ ਤਾਂ ਇੱਕੋ ਇੱਕ ਹੈ ਜੇ ਮੈਂ ਪੰਜਾਬ ਦੀ ਰੋਟੀ ਖਾਦਾ ਹੈ ਜੋ ਪੰਜਾਬੀ ਪੰਜਾਬੀ ਪਾਣੀ ਪੀਂਦਾ ਹੈ ਤੇ ਪੰਜਾਬੀ ਲੋਕਾਂ ਦਾ ਸਨਮਾਨ ਕਰਨਾ ਪੰਜਾਬੀ ਲੋਕਾਂ ਦੀ ਬੇਇੱਜ਼ਤੀ ਹੁੰਦੇ ਹੋਏ ਮੈਂ ਨਹੀਂ ਦੇਖ ਸਕਦਾ ਇਸ ਲਈ ਮੈਂ ਕੰਮ ਕਰਦਾ ਹੈ ਉਹਨਾਂ ਦੇ ਨਜ਼ਰ ਵਿੱਚ ਜੋ ਇਹ ਸੋਚਣਗੇ ਤਾਂ ਇਹ ਤਾਂ ਮਸੂਰ ਲਈ ਕੰਮ ਕਰਦਾ ਹੈ ਉਹਨਾਂ ਦਾ ਸੋਚ ਮੈਂ ਨਹੀਂ ਰੋਕ ਸਕਦਾ ਪਰ ਸੱਚਾਈ ਇਹ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਅਸਤਿ ਹੈ ਸਭ ਕੁਝ ਜਿਹੜੀ ਤੁਸੀਂ ਫੇਮਸ ਦੀ ਗੱਲ ਕਰਦੇ ਹੋ ਇਹ ਅਸਤ ਹੈ ਸਤ ਹੈ ਤੋਂ ਪੰਜਾਬੀ ਭਾਸ਼ਾ ਸਭਿਆਚਾਰ ਜੋ ਸਦਾ ਲਈ ਹੈ ਉਸ ਦੀ ਗੁੰਨਗਾਨ ਕਰੋ ਮੈਂ ਕਿਹਾ ਅੱਛਾ ਜੇ ਜਿਹੜਾ ਤੁਸੀਂ ਹੁਣ ਦੇਖੋ Hindu ਧਰਮ ਨੂੰ ਬਿਲੋਂਗ ਕਰਦੇ ਨੇ ਜਿਹੜਾ ਕੰਮ ਸਾਡੇ ਪੰਜਾਬੀ ਨੇ ਜਿਹੜਾ ਸਿੱਖ ਧਰਮ ਨੇ ਕਰਨਾ ਸੀ ਇਦਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਸਿੰਗਰ ਪਨਾਰ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨ ਜਾਣੇ ਕੀ ਇਹ ਸਿੱਖ ਧਰਮ ਸਿਰਫ ਸਿੱਖ ਧਰਮ ਦੇ ਲੋਕਾਂ ਦੀ ਕਾਰਨ ਨਹੀਂ ਹੈ ਇਹ ਇਹ ਕਾਰਨ ਉਹਨਾਂ ਸਾਰੇ ਲੋਕਾਂ ਦੀ ਹੈ ਜਿਹੜੇ ਲੋਕ ਪੰਜਾਬੀ ਦਾ ਰੋਟੀ ਖਾਦੇ ਨੇ ਪੰਜਾਬ ਦੀ ਪਾਣੀ ਪੀਂਦੇ ਨੇ ਉਹਨਾਂ ਸਾਰੇ ਦੀ ਹੈ ਉਹਦੇ ਵਿੱਚ ਉਹ ਸਿੱਖ ਹੁੰਦੇ ਹੋ ਸਕਦੇ ਮੁ슬림 ਹੋ ਸਕਦੇ ਸਾਰੇ ਧਰਮ ਦੇ ਲੋਕ ਹੁੰਦੇ ਨੇ ਇਹ ਸੱਚੀ ਰੋਟੀ ਦੀ ਕਹਾਣੀ ਹੈ ਮਹਾਰਾਜ ਉਹ ਉਸ ਇਮਾਨਦਾਰੀ ਰੋਟੀ ਦੀ ਗੱਲ ਹੈ ਮੇਰੇ ਪਿਤਾ ਜੀ ਸਕੂਲ ਟੀਚਰ ਸਨ ਉਹ ਮੈਨੂੰ ਸਿਖਾਇਆ ਬਚਪਨ ਦੇ ਵਿੱਚ ਕਿ ਜੇ ਭਾਵੇਂ ਜ਼ਿੰਦਗੀ ਦੇ ਜਿੱਥੇ ਮਰਜੂ ਵਸ ਜਾਓ ਉੱਥੇ ਦੀ ਲੋਕਾਂ ਦੀ ਪਾਸ਼ਾ ਸੱਭਿਆਚਾਰ ਲੋਕਾਂ ਨੂੰ ਸਨਮਾਨ ਕਰੋ ਉਹ ਉਦਾਹਰਨ ਵੀ ਦਿੰਦੇ ਸਨ ਮੈਨੂੰ ਉਹ ਕਹਿੰਦੇ ਸਨ ਜੇਕਰ ਇੱਕ ਰੋਟੀ ਖਾਦਾ ਇੱਕ ਕੁੱਤਾ ਪੂਰਾ ਰਾਤ ਭਰ ਰੱਖਿਆ ਕਰਕੇ ਮੁੜ ਕੇ ਆਉਂਦੀ ਹੈ ਕੁੱਤਾ ਤੁਸੀਂ ਦੇਖੋ ਸੱਚੀ ਗੱਲ ਹੈ ਜੇਕਰ ਕੁੱਤੇ ਦੇ ਵਿੱਚ ਇਨੀ ਇਮਾਨਦਾਰੀ ਹੋ ਸਕਦੀ ਹੈ ਮੈਂ ਤਾਂ ਮੈਂ ਤਾਂ ਇਨਸਾਨ ਹੈ ਮਹਾਰਾਜ ਰੋਜ਼ ਪੰਜਾਬੀ ਦੀ ਰੋਟੀ ਖਾਦਾ ਹੈ ਤਾਂ ਮੈਂ ਇਮਾਨਦਾਰ ਨਹੀਂ ਹੋ ਸਕਦਾ ਇਮਸੇ ਇਨਸਾਨ ਹੈ ਇਸ ਲਈ ਮੈਂ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਵਸ ਕੇ ਪੰਜਾਬੀ ਰੋਟੀ ਖਾਦੇ ਪੰਜਾਬੀ ਪਾਣੀ ਪੀਂਦੇ ਪਰ ਕੋਈ ਧਰਮ ਹੋਵੇ ਕੋਈ ਜਾਤੀ ਹੋਵੇ ਉਦੇ ਵਿੱਚ ਕੋਈ ਪਰ ਉਹ ਲੋਕ ਪੰਜਾਬੀ ਇਤਿਹਾਸ ਦਾ ਸਨਮਾਨ ਕਰੀਏ ਪੰਜਾਬੀ ਪਾਛਾ ਦੀ ਪੰਜਾਬੀ ਇਤਿ ਸੱਚਾਈ ਦੀ ਉਹ ਉਹ ਮੈਂ ਕੰਮ ਕਰਦਾ ਹੈ ਅੱਛਾ ਇੱਕ ਲਾਸਟ ਸਵਾਲ ਹੈ ਕਿ ਅਸੀਂ ਸੁਣਿਆ ਕਿ ਤੁਸੀਂ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਜਪਜੀ ਸਾਹਿਬ ਹੈ ਆਪਣੀ ਕਰਨਾਟਕ ਭਾਸ਼ਾ ਦੇ ਵਿੱਚ ਵੀ ਕਨਵਰਟ ਕੀਤੀ ਹੈ ਸਚਾਈ ਹੈ ਸੱਚ ਸੋ ਪ੍ਰਸਿੱਧ ਮਹਾਰਾਜ ਮੇਰੀ ਮੇਰੇ ਜ਼ਿੰਦਗੀ ਦੀ ਸੋਚ ਮੈਂ ਤਾਂ ਬਹੁਤ ਖਤਰਨਾਕ ਗੰਦੇ ਸੋਚ ਵਾਲਾ ਇਨਸਾਨ ਸੀਗਾ ਸਚਾਈ ਹੈ ਬਹੁਤ ਹੀ ਗੰਦ ਸੋਚ ਬਹੁਤ ਘਟੀਆ ਇਨਸਾਨ ਤੁਸੀਂ ਸੋਚ ਸਕਦੇ ਹੋ ਪਰ ਮੇਰਾ ਸੋਚ ਬਦਲੀ ਜਦ ਮੈਂ 35 ਸਿੱਖੀ ਪੰਜਾਬੀ ਅੱਖਰ ਮੇਰਾ ਸੋਚ ਬਦਲੀ 35 ਸਿੱਖਣ ਤੋਂ ਬਾਅਦ ਜਪਜੀ ਸਾਹਿਬ ਨੂੰ ਅਨੁਵਾਦ ਕਰਨ ਤੋਂ ਬਾਅਦ ਕਮਾਲ ਹੈ ਜਪਜੀ ਸਾਹਿਬ ਮੇਰਾ ਜ਼ਿੰਦਗੀ ਦਾ ਰੁਖ ਸੋਚ ਬਦਲ ਦਿੱਤਾ ਕਹਾਣ ਦਾ ਪਾਵ ਹੈ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਸ੍ਰੀ ਜਪਜੀ ਸਾਹਿਬ ਦੀ ਇੱਕ ਪਰਮਾਤਮਾ ਦੀ ਉਤਸਤ ਹੈ ਇੰਨੀ ਵੱਡੀ ਉਤਸਤ ਕਿਤੇ ਹੋਇਆ ਨਹੀਂ ਹੈ ਮੈਂ ਉਹ ਉਹ ਪੜ ਕੇ ਹੈਰਾਨ ਹੋਇਆ ਕੰਨੜ ਵਿੱਚ ਅਨਵਾਦ ਹੋਇਆ ਕਰ ਕਰ ਤੱਕ ਮੈਂ ਕਰਨਾਟਕ ਤੇ ਪਹੁੰਚਾਇਆ ਲੋਕਾਂ ਨੇ ਉੱਥੇ ਪੜ ਕੇ ਹੈਰਾਨ ਹੋ ਗੁਰੂ ਨਾਨਕ ਸਾਹਿਬ ਦੀ ਬਾਣੀ ਕੰਨੜ ਵਿੱਚ ਉਹ ਤਾਂ ਇੱਕ ਪਿੰਡ ਦੇ ਲੋਕਾਂ ਨੇ ਇਕੱਠਾ ਆਪਣੇ ਪੈਸੇ ਕਰਨਾਟਕ ਦੇ ਵਿੱਚ ਤੁਸੀਂ ਜਿਹੜਾ ਗਰਵਾਣੀ ਦੀ ਗੱਲ ਕਰਦੇ ਉੱਥੇ ਕੋਈ ਗੁਰਦੁਆਰਾ ਸਥਾਨ ਬਣਾਇਆ ਜੀ ਜੀ وہی ਮੈਂ ਕਹਿਣ ਵਾਲਾ ਸੀਗਾ ਉਹ ਜਪਜੀ ਸਾਹਿਬੜ ਕੇ ਲੋਕ ਪ੍ਰਭਾਵਿਤ ਹੋ ਕੇ ਮੈਂ ਨਹੀਂ ਬਣਾਇਆ ਉਹ ਪਿੰਡ ਦੇ ਲੋਕ ਲੋਕ ਨੇ ਇਕੱਠ ਹੋ ਕੇ 11 ਜਾਂ 12 ਲੱਖ ਰੁਪਏ ਇਕੱਠ ਕਰਕੇ ਗੁਰਦੁਆਰਾ ਸਾਹਿਬ ਬਣਾਇਆ ਨੇ ਉਹ ਲੋਕ ਖੁਦ ਉੱਥੇ ਸ੍ਰੀ ਜਪਜੀ ਸਾਹਿਬ ਦੀ ਜਿਹੜੇ ਕੰਨੜ ਵਿੱਚ ਅਨੁਵਾਦ ਹੋਇਆ ਉਹ ਪ੍ਰਕਾਸ਼ ਪ੍ਰਕਾਸ਼ ਕਰ ਦਿੱਤੇ ਨੇ ਉਹ ਕੰਨੜ ਦੇ ਵਿੱਚ ਜਪਜੀ ਸਾਹਿਬ ਦਾ ਰੋਸ ਪਾਟ ਹੁੰਦਾ ਹੈ ਤੇ ਸਾਰੇ ਪਿੰਡ ਦੇ ਲੋਕ ਪਾਟ ਕਰਦੇ ਕੰਨੜ ਦੇ ਵਿੱਚ ਮੇਰੇ ਬਾਬਾ ਨਾਨਕ ਦੀ ਬਾਣੀ ਵਿੱਚ ਕਿੰਨੀ ਤਾਕਤ ਹੈ ਦੇਖੋ ਤੁਸੀਂ Karnataka ਦੇ ਸਾਡੇ ਇਲਾਕੇ ਵਿੱਚ ਅਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਬਾਬਾ ਨਾਨਕ ਦੇ ਨਾਂ ਸੁਣ ਕੇ ਅਸੀਂ ਖੜ ਜਾਂਦੇ ਕਿਉਂ ਕਿ ਕਿਉਂਕਿ ਬਾਬਾ ਨਾਨਕ ਨੇ ਦੂਜੀ ਉਦਾਸੀ ਦੇ ਦੌਰਾਨ ਨਾਨਕ ਜੀਰਾ ਉਸ ਇਲਾਕੇ ਤੋਂ ਹੀ ਤੁਰ ਕੇ ਸੌਤੋ ਗਏ ਸਨ ਤੋਂ ਲੋਕ ਪ੍ਰਭਾਵਿਤ ਹੁੰਨੇ ਹੁਣ ਵੀ ਮੈਂ ਕਹਿਣ ਦਾ ਪਾਵੋ ਉਹ ਸੱਚਾਈ ਦੀ ਆਵਾਜ਼ ਸੀ ਸਚਾਈ ਦੀ ਉਹ ਇੱਕ ਪਹਿਲ ਸੀ ਉਹ ਪਹਿਲ ਹੁਣ ਵੀ ਉੱਥੇ ਤੁਹਾਨੂੰ ਦੇਖਣ ਲਈ ਮਿਲਦਾ ਹੈ ਤੁਸੀਂ ਦੇਖ ਸਕਦੇ ਹੋ ਇਹ ਸਨ ਪੰਡਿਤ ਧਰਮਰਾਉ ਜੀ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਸਿੰਗਰਾਂ ਦੇ ਖਿਲਾਫ ਲੜਾਈ ਲੜ ਰਹੇ ਨੇ ਤੇ ਇਹਨਾਂ ਦੀ ਜਿਹੜੀ ਮਿਹਨਤ ਨੂੰ ਹੁਣ ਜਿਹੜਾ ਬੂਰ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਸਾਡੇ ਜਿਹੜੀ ਪੰਜਾਬ ਤੇ ਪੰਜਾਬੀਤ ਨੂੰ ਖਤਮ ਕਰ ਰਹੇ ਨੇ ਇਦਾਂ ਦੇ ਸਿੰਗ ਜਿਹੜੇ ਨਸ਼ੇ ਨੂੰ ਪ੍ਰੋਮੋਟ ਕਰਦੇ ਨੇ ਧਿਆਰਾਂ ਨੂੰ ਪ੍ਰੋਮੋਟ ਕਰਦੇ ਨੇ ਤੇ ਕੁਝ ਫੋਕੀ ਸ਼ੌਹਰਤ ਵਾਸਤੇ ਜਿਹੜੇ ਲੋਕ ਇਨਾਂ ਦੀ ਫੈਨ ਫਾਲੋਇੰਗ ਵਧਾਉਂਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸੱਚ ਦਾ ਸਾਥ ਦਿਓ ਆਪਣੇ ਜਿਹੜੇ ਆਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਨਾ ਖਰਾਬ ਕਰੋ ਤੇ ਅੱਜ ਅਸੀਂ ਇਹ ਤੁਹਾਨੂੰ ਬਹੁਤ ਦਾਅਵੇ ਨਾਲ ਕਹਿੰਦੇ ਹਾਂ ਕਿ ਜਿਹੜਾ ਕੰਮ ਪੰਡਿਤ ਜੀ ਕਰ ਰਹੇ ਨੇ ਸਾਡੇ ਹਰ ਇੱਕ ਪੰਜਾਬੀ ਨੂੰ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਇਨਸਾਨ ਨੂੰ ਜਿਹੜਾ ਪੰਜਾਬ ਤੇ ਪੰਜਾਬੀ ਦੰਤੇ ਆਪਣੇ ਇਸ ਦੇਸ਼ ਨੂੰ ਪਿਆਰ ਕਰਦਾ ਹੈ ਤੇ ਆਨਲ ਦਿਨਾਂ ਦੇਖਦੇ ਆ ਕਿ ਜਿਹੜਾ ਸੰਜੂਗ ਗੀਤ ਦਾ ਇਨਾ ਵੱਲੋਂ ਧਾਇਰ ਕੀਤੀ ਹੈ ਡਿਸ਼ਨ ਕੀ ਉਹ ਬੈਨ ਹੋਣਾ ਚਾਹੀਦਾ ਆਨਲ ਦਿਨਾਂ ਚ ਦੇਖਦੇ ਆ ਕਿ ਉਹ ਬੈਨ ਹੁੰਦਾ ਜਾਂ ਨਹੀਂ ਹੁੰਦਾ ਤੁਹਾਡੇ ਨਾਲ ਕੈਮਰਾਮੈਨ ਰੋਹਿਤ ਸ਼ਰਮਦ ਨਾਲ ਹਰਤੇਸ਼ ਸਿੰਘ ਤੇਜੀ ਖਾਲਸਾ ਟੀਵੀ ਚ